ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮੇਰੇ ਘਰ ਦੇ ਵਿੱਚ ਇਹ ਤਿੰਨ ਕਾਗਜ਼ ਉਹਨਾਂ ਨੇ ਸੁੱਟੇ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਕੁਛ ਲਿਖਿਆ ਹੋਇਆ ਸੀ। ਉਹ ਅਸੀਂ ਸਰੰਗ ਧਰਤਾ ਸਾਰਿਆਂ ਨੇ। ਉਹਨਾਂ ਨੇ ਲਿਖਿਆ ਹੈ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਪੰਜ ਮਰਕਸ ਦੇ ਬੰਦੇ ਆਏ ਹਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਆਪਾਂ ਮਤਲਬ ਬਰਬਾਦ ਕਰ ਦਿਆਂਗੇ। ਬੜਾ ਕੁਛ ਲਿਖਿਆ ਸਾਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਅਸੀਂ ਗੁਰਦਾਸਪੁਰ ਦੇ ਵਿੱਚ ਪੰਜ ਬੰਦੇ ਆਏ ਹਾਂ ਮਰਕਸ ਦੇ ਬੰਦੇ ਹਾਂ। ਅਸੀਂ ਮਤਲਬ ਗੇਟਾਂ ਨੂੰ ਇਹ ਬੁੱਕ ਲਾ ਦਿੱਤਾ ਅਤੇ ਕਾਗਜ਼ ਸੁੱਟ ਕੇ ਤੁਹਾਨੂੰ ਪੜ੍ਹ ਲਓ ਜੀ। ਇੱਥੇ ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੁਛ ਜਿਹੜਾ ਕੋਵਿਡ-19 ਚੱਲ ਰਿਹਾ ਵਾ ਇਹਦੇ ਇਸ ਤਰ੍ਹਾਂ ਦੀ ਕੋਈ ਗਲਤ ਭਾਸ਼ਾ ਲਿਖ ਕੇ ਆਮ ਪਬਲਿਕ ਦੇ ਵਿੱਚ ਦਹਿਸ਼ਤ ਪਾਉਣ ਕਰਕੇ ਜਿਹੜਾ ਵਾ ਕੁਝ ਪਰਚੇ ਲਿਖ ਕੇ ਸ਼ਿੰਗਾਰਾ ਸਿੰਘ ਦੇ ਘਰ ਸੁੱਟੇ ਸੀ। ਅਸੀਂ ਸਮੇਤ ਫੋਰਸ ਇੱਥੇ ਪਹੁੰਚ ਗਏ ਸੀ। ਅਸੀਂ ਪਹੁੰਚ ਕੇ ਸਾਰਾ ਵੈਰੀਫਾਈ ਕੀਤਾ, ਜਿਹੜੇ ਉਹ ਪਰਚੇ ਸੀ ਉਹ ਵੀ ਦੇਖੇ ਨੇ ਅਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਹਾਂ। ਔਰ ਬਾਕੀ ਜਿਹੜੇ ਸਿਵਲ ਪ੍ਰਸ਼ਾਸਨ ਦੇ ਵੀ ਸਾਰੇ ਅਫਸਰ ਇੱਥੇ ਪਹੁੰਚ ਗਏ ਨੇ। ਇਸ ਜਿਹੜੇ ਪਿੰਡ ਨੂੰ ਪੂਰਾ ਸੈਨੇਟਾਈਜ਼ ਕਰ ਰਹੇ ਹਾਂ ਔਰ ਜੋ ਬਣਦੀਆਂ ਜ਼ਰੂਰੀ ਸੇਵਾਵਾਂ ਇਹਨਾਂ ਨੂੰ ਦੇ ਰਹੇ ਹਾਂ। ਮੇਰੇ ਘਰ ਦੇ ਵਿੱਚ ਇਹ ਤਿੰਨ ਕਾਗਜ਼ ਉਹਨਾਂ ਨੇ ਸੁੱਟੇ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਕੁਛ ਲਿਖਿਆ ਹੋਇਆ ਸੀ। ਉਹ ਅਸੀਂ ਅਫਸਰਾਂ ਨੂੰ ਦੱਸਤਾ ਸਾਰਿਆਂ ਨੂੰ। ਉਹਨਾਂ ਨੇ ਲਿਖਿਆ ਹੈ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਪੰਜ ਮਰਕਸ ਦੇ ਬੰਦੇ ਆਏ ਹਾਂ ਅਤੇ ਗੁਰਦਾਸਪੁਰ ਜ਼ਿਲ੍ਹੇ ਨੂੰ ਆਪਾਂ ਮਤਲਬ ਬਰਬਾਦ ਕਰ ਦਿਆਂਗੇ। ਬੜਾ ਕੁਛ ਲਿਖਿਆ ਉਹਨਾਂ ਨੇ। ਸਾਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਅਸੀਂ ਗੁਰਦਾਸਪੁਰ ਦੇ ਵਿੱਚ ਪੰਜ ਬੰਦੇ ਆਏ ਹਾਂ ਮਰਕਸ ਦੇ ਬੰਦੇ ਹਾਂ। ਅਸੀਂ ਮਤਲਬ ਗੇਟਾਂ ਨੂੰ ਇਹ ਥੁੱਕ ਲਾ ਦਿੱਤਾ ਅਤੇ ਕਾਗਜ਼ ਸੁੱਟ ਕੇ ਤੁਹਾਨੂੰ ਪੜ੍ਹ ਲਓ ਇਹਨਾਂ ਨੂੰ। ਇਹ ਜੀ ਮੈਨੂੰ ਤਾਂ ਪਤਾ ਚੱਲਿਆ ਕੋਈ 7-8 ਵਜੇ ਫੋਨ ਕੀਤਾ ਮੁੰਡਿਆਂ ਨੇ ਅਤੇ ਸਾਡੇ ਮੈਂਬਰ ਸਾਹਿਬ ਹੈ ਅਤੇ ਇਹਨਾਂ ਦੇ ਘਰ ਮਤਲਬ ਕਿ ਉਹਨਾਂ ਨੇ ਪਰਚੇ ਸੁੱਟੇ ਮਤਲਬ ਕਿ ਲਿਖ ਕੇ ਉਹਦੇ ਵਿੱਚ ਸ਼ਰਾਰਤੀਆਂ 'ਚ ਵੀ ਤੁਹਾਡੇ ਗੇਟਾਂ 'ਤੇ ਆਪਾਂ ਮਤਲਬ ਕਿ ਥੁੱਕ ਗਏ ਹਾਂ ਚਾਹੇ ਆਹ ਗੱਲ ਮਤਲਬ ਕਿ ਕਰ ਗਏ। ਪਰਚਾ ਇੱਦਾਂ ਕਾਗਜ਼ ਲਿਖਿਆ, ਸਿੰਪਲੀ ਕਾਗਜ਼ ਹੀ ਤਾਂ ਰੈੱਡ ਪੈੱਨ ਨਾਲ ਲਿਖੇ ਹੋਏ ਸੀ, ਪੇਪਰ ਹੀ ਇਹ ਦਿੱਤੀ ਥਾਣੇ ਦਿੱਤੀ ਪਹਿਲਾਂ ਆਪਣੇ ਭੈਣੇ ਮੀਆਂ ਖਾਂ ਆ ਕੇ ਸਾਰਾ ਦੇਖ ਕੇ ਗਏ ਮਤਲਬ ਕਿ ਅਫਸਰ ਆਏ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ, ਧੋਖਾ ਖਾਦੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83607-99607, 8360789607।